ਅੱਜ ਤਰੀਕ ਹੈ 14 ਅਗਸਤ ਤੇ ਕੱਲ ਨੂੰ 15 ਅਗਸਤ ਜਦੋਂ ਕਿ ਭਾਰਤ ਆਜ਼ਾਦੀ ਦਿਹਾੜਾ ਮਨਾਉਂਦਾ ਹੈ ਅੱਜ 14 ਅਗਸਤ ਨੂੰ ਪਾਕਿਸਤਾਨ ਵੱਲੋਂ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਕਈ ਸਾਰੇ ਗਰੁੱਪ ਬਣਾ ਕੇ ਕਈ ਸਾਰੀਆਂ ਪੋਸਟਾਂ ਪਾ ਕੇ ਇੰਡੀਆ ਤੇ ਪਾਕਿਸਤਾਨ ਦੇ ਪਾਈਚਾਰੇ ਵੱਲੋਂ ਆਜ਼ਾਦੀ ਦਿਵਸ ਦੀਆਂ ਜਿਹੜੀਆਂ ਮੁਬਾਰਕਾਂ ਨੇ ਉਹ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ ਪਰ ਇਸ ਵਿਚਾਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਵੀਟ ਕੀਤਾ ਗਿਆ ਟਵਿੱਟਰ ਦੇ ਉੱਤੇ ਉਹਨਾਂ ਨੇ ਲਿਖਿਆ ਕਿ 14 ਅਗਸਤ ਨੂੰ ਅਸੀਂ ਕਦੇ ਭੁਲਾ ਨਹੀਂ ਸਕਦੇ ਇਹ ਇੱਕ ਰੌਲਿਆਂ ਵਾਲਾ ਦਿਨ ਸੀ ਉਜਾੜੇ ਦਾ ਦਿਨ ਸੀ ਇਸ ਨੂੰ ਮਨਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਇਸ ਦਿਨ ਜਦੋਂ ਵੰਡ ਹੋਈ ਤਾਂ ਲੱਖਾਂ ਭੈਣ ਭਰਾ ਹਿੰਦੁਸਤਾਨ ਦੇ ਇੰਡੀਆ ਦੇ ਸ਼ਹੀਦ ਹੋਏ ਜਿਸ ਦੇ ਉੱਤੇ ਸਾਨੂੰ ਅੱਜ ਵੀ ਦੁੱਖ ਆਉਂਦਾ ਤੇ ਕਈ ਵਾਰ ਇਸ ਵੇਲੇ ਨੂੰ ਚੇਤਾ ਕਰਕੇ ਅੱਖ ਵੀ ਨਮ ਹੋ ਜਾਂਦੀ ਹੈ ਸੋ ਅਜਹਾ ਟਵੀਟ ਕੀਤਾ ਗਿਆ ਨਾਲ ਹੀ ਉਹਨਾਂ ਨੇ ਆਖਿਆ ਕਿ 14 ਅਗਸਤ ਨੂੰ ਅਸੀਂ ਕਦੇ ਨਹੀਂ ਭੁਲਾਵਾਂਗੇ ਇਹ ਸਦਾ ਹੀ ਉਜਾੜੇ ਵਾਲਾ ਦਿਨ ਰਹੇਗਾ ਸੋ ਇਸ ਟਵੀਟ ਤੋਂ ਬਾਅਦ ਲੋਕਾਂ ਦੀ ਪ੍ਰਤੀਕਿਰਿਆ ਆਉਣੀ ਸ਼ੁਰੂ ਹੋਈ ਹੈ ਜਿੱਥੇ ਇੱਕ ਤਬਕਾ ਲੋਕਾਂ ਦਾ ਟਵਿੱਟਰ ਦੇ ਉੱਤੇ ਵਾਪਸ ਰਿਪਲਾਈ ਕਰਕੇ ਪ੍ਰਧਾਨ ਮੰਤਰੀ ਜੀ ਨੂੰ ਕਹਿ ਰਿਹਾ ਵੀ ਤੁਸੀਂ ਬਿਲਕੁਲ ਸਹੀ ਗੱਲ ਆਖੀ ਹੈ ਇਹ ਵਾਕਿਆ ਹੀ ਰੌਲੇ ਵਾਲਾ ਦਿਨ ਸੀ ਉਜਾੜੇ ਵਾਲਾ ਦਿਨ ਸੀ ਇਸ ਨੂੰ ਮਨਾਇਆ ਨਹੀਂ ਜਾਣਾ ਚਾਹੀਦਾ ਉੱਥੇ ਲੋਕਾਂ ਦੇ ਇੱਕ ਹੋਰ ਧੜਕੇ ਵੱਲੋਂ ਇਸ ਦੀ ਨਿੰਦਿਆ ਵੀ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬੈਠੇ ਸ਼ਖਸ ਵੱਲੋਂ ਅਜਿਹੇ ਟਵੀਟ ਕਿਸੇ ਵੀ ਮੁਲਕ ਦੇ ਆਜ਼ਾਦੀ ਦਿਹਾੜੇ ਵਾਲੇ ਦਿਨ ਨਹੀਂ ਆਉਣਾ ਚਾਹੀਦਾ ਕਿਉਂਕਿ ਇਸ ਨਾਲ ਤੁਸੀਂ ਦੋ ਜਾਤਾਂ ਦੇ ਵਿੱਚ ਦੋ ਭਾਈਚਾਰਿਆਂ ਦੇ ਵਿੱਚ ਮੁਰ ਤੋਂ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਈਆਂ ਵੱਲੋਂ ਟਿੱਪਣੀ ਵੀ ਕੀਤੀ ਗਈ ਵੀ ਪ੍ਰਧਾਨ ਮੰਤਰੀ ਬੀਜੇਪੀ ਤੇ ਆਰਐਸਐਸ ਲਗਾਤਾਰ ਹੀ ਹਿੰਦੂ ਮੁਸਲਮਾਨ ਤੇ ਸਿੱਖ ਭਾਈਚਾਰੇ ਦੇ ਵਿੱਚ ਪਾੜਾ ਪਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਰਹਿੰਦੇ ਨੇ ਤੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਕੀਤਾ ਗਿਆ ਟਵੀਟ ਮੰਦਭਗ ਸੋ ਇੱਥੇ ਹੁਣ ਵਿਚਾਰ ਵਿਟਾਂਦਰਾ ਜਿਹੜਾ ਹੈ ਉਸ ਦੇ ਵਿੱਚ ਮਤਭਾਤ ਦੇਖਿਆ ਜਾ ਰਿਹਾ ਕੁਝ ਕੁ ਲੋਕ ਪ੍ਰਧਾਨ ਮੰਤਰੀ ਦੇ ਇਸ ਟਵੀਟ ਦੀ ਹਮਾਇਤ ਕਰ ਰਹੇ ਨੇ ਕੁਝ ਕੁ ਖਿਲਾਫਤ ਕਰ ਰਹੇ ਨੇ ਤੁਸੀਂ ਕੀ ਸੋਚਦੇ ਹੋ ਇਸ ਟਵੀਟ ਦੇ ਬਾਰੇ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਵਿਚਾਰ ਲਿਖ ਸਕਦੇ ਹੋ ਇੱਕ ਵਾਰ ਮੁੜ ਤੋਂ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 14 ਅਗਸਤ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਭਾਰਤੀਆਂ ਵਾਸਤੇ ਮਨਾਉਣ ਵਾਲਾ ਦਿਹਾੜਾ ਨਹੀਂ ਹੈ ਉਜਾੜੇ ਵਾਲਾ ਦਿਹਾੜਾ ਹੈ ਇਸ ਨੂੰ ਅਸੀਂ ਇੱਕ ਭੈੜੇ ਦਿਨ ਵਾਂਗੂ ਹਮੇਸ਼ਾ ਹੀ ਯਾਦ ਰੱਖਾਂਗੇ ਇਸ ਟਵੀਟ ਦੇ ਉੱਤੇ ਵਿਚਾਰ ਸਾਂਝੇ ਕਰ ਸਕਦੇ ਹੋ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ